1999 ਵਿੱਚ ਭਾਰਤ ਪਾਕਿਸਤਾਨ ਤੇ ਹਮਲੇ ਦਾ ਮਨਸੂਬਾ ਬਣਾਇਆ। ਖੁਫੀਆ ਦਸਤਾਵੇਜ਼ਾਤ ਮੰਜ਼ਰੇ ਆਮ ਤੇ ਆ ਗਿਆ। ਹਮਲਾ ਕਿਉਂ ਤੇ ਕਦਾਂ ਕਿਤੇ ਵੜਨਾ ਹਾ? ਤਫਸੀਲਾਤ ਇਹ ਰਿਪੋਰਟ ਵਿੱਚ। ਭਾਰਤ ਦੀ ਖੁਫੀਆ ਰਿਪੋਰਟ ਦਾ ਇਨਕਸ਼ਾਫ। 13 ਜੂਨ 1999 ਵਿੱਚ ਕਾਰਗਿਲ ਜੰਗ ਦੇ ਦੌਰਾਨ ਭਾਰਤੀ ਫੌਜ ਪਾਕਿਸਤਾਨ ਤੇ ਜੰਗ ਮੁਸਲਤ ਕਰਨ ਦਾ ਮਨਸੂਬਾ ਬਣਾਇਆ। ਪਹਿਲੇ ਮਰਲੇ ਵਿੱਚ ਭਾਰਤੀ ਫਜ਼ਾ ਦੇ ਤਿਆਰਿਆਂ ਕੋਲ ਪਾਕਿਸਤਾਨ ਵਿੱਚ ਅਹਿਮ ਠਿਕਾਣਿਆਂ ਕੋਲ ਨਿਸ਼ਾਨਾ ਬਣਾਉਣਾ ਹਾ। ਭਾਰਤੀ ਫਜ਼ਾ ਦੇ 4 ਤਿਆਰਿਆਂ ਆਜ਼ਾਦ ਕਸ਼ਮੀਰ ਵਿੱਚ ਬੰਬਾਰੀ ਕਰਨ ਆਈ। ਚਕਲਾਲਾ ਏਅਰਬੇਸ ਤੇ ਬੰਬਾਰੀ ਤੋਂ ਨੁਕਸਾਨ ਦਾ ਜਾਇਜ਼ਾ ਗਿਣਨ ਵੀ ਇਹਨਾਂ ਤਿਆਰਿਆਂ ਦੀ ਜ਼ਿੰਮੇਵਾਰੀ ਹੈ। ਬਰੀ ਤੇ ਬੈਰੀ ਅਫਵਾਜ ਕੋ ਹੁਕਮ ਦਿੱਤਾ ਗਿਆ ਹਾ ਜੋ ਬੰਬਾਰੀ ਦੇ ਕੁਝ ਮਿੰਟਾਂ ਦੇ ਬਾਅਦ ਪਾਕਿਸਤਾਨੀ ਹਦੂਦ ਵਿੱਚ ਦਾਖਲ ਥੀ ਤੇ ਆਦਾਫ ਹਾਸਲ ਕਰਨ। ਹਮਲਾ ਸਵੇਲੇ 5 ਵਜੇ ਕੀਤਾ ਵੜਨਾ ਹਾ। ਫੌਜੀ ਜਵਾਨਾਂ ਕੋ ਪਾਕਿਸਤਾਨੀ ਕਰੰਸੀ ਵੀ ਦਿੱਤੀ ਗਈ ਹੈ ਤਾਂ ਜੋ ਕੰਟਰੋਲ ਲਾਈਨ ਦੇ ਨਾਲਲੇ ਇਲਾਕਿਆਂ ਤੋਂ ਉਹਨਾਂ ਕੋ ਦੂਹੇ ਪਾਸੋਂ ਆਉਣ ਵੰਡਣ ਵਿੱਚ ਮੁਸ਼ਕਿਲ ਨਾ ਤਿਵੇ। 13 ਜੂਨ ਦੀ ਸਵੇਲ 4:30 ਵਜੇ ਦੇ ਬਾਅਦ ਮਿਸ਼ਨ ਕੋ ਨੋ ਗੋ ਦਾ ਹੁਕਮ ਦਿੱਤਾ ਗਿਆ। ਭਾਰਤ ਪਾਕਿਸਤਾਨ ਤੇ ਹਮਲਾ ਕਿਉਂ ਨਾ ਕਰ ਸਕਿਆ? ਇਹਦੇ ਬਾਰੇ ਵਿੱਚ ਖੁਫੀਆ ਦਸਤਾਵੇਜ਼ਾਂ ਵਿੱਚ ਕੁਝ ਕਹਿਣ ਦਿਸਾਇਆ ਗਿਆ।